ਅੰਦਰ ਨੀ ਕਰਦੇ ਸਾਰਾ ਕੰਮ ਪੋਇਨਰ ਦਾ ਕਰ ਤੋਂ ਲੈ ਕੇ ਬੇਸਾ ਤੱਕ ਅੱਛਾ ਜੀ ਸਾਰਾ ਕੰਮ ਹੀ ਮੈਂ ਕਰ ਓਏ 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 ਇਦਾਂ ਨਾ ਕਰ ਡਰਦਾ ਕਿਹੜੀ ਗੱਲੋਂ ਖੇਡਦਾ ਮੁੰਡਾ ਸੋਹਣਾ ਨਹੀਂ ਵੀਰ ਕਹਿੰਦਾ ਕਿ ਉਹ ਉੱਥੇ ਤੱਕ ਗੱਡੀ ਲੈ ਜਾਈਏ ਨਾ ਉੱਥੇ ਤੱਕ ਆਵਾਜ਼ ਆਉਂਦੀ ਆਪਾਂ ਚੈੱਕ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਬੀਂਗ ਪਿੰਡ ਵਲੋਗ ਅੱਜ ਦਾ ਵਲੋਗ ਵੀ ਆਪਣੇ ਟਾਈਟਲ ਤੋਂ ਦੇਖ ਲਿਆਉਣਾ ਵਾ ਕਿਸ ਤੋਂ ਬਿਜਾਉਣ ਜਾ ਰਿਹਾ ਵਾ ਅੱਜ ਆਪਾਂ ਆਏ ਲੱਡੀ ਜੀ ਤੋਂ ਕਿਹੜੀ ਲਾਉਣ ਪਹਿਲਾਂ ਦੀ ਵੀਰ ਵੀਰ ਬੜਾ ਪਿਆਰ ਦਿੱਤਾ ਵਲੋਗ ਨੂੰ ਅੱਜ ਆਪਾਂ ਫਿਰ ਲੈ ਗਏ ਨਾ ਫਿਰ ਲੱਡੀ ਜੀ ਦਾ ਵਲੋਗ ਇਹ ਵੀਰ ਦੀ ਜੀਵ ਆ ਸਤਿ ਸ਼੍ਰੀ ਅਕਾਲ ਜੀ ਵਾਹ ਵਧੀਆ ਜੀ ਆਹ ਜੀਵ ਦਾ ਤੁਹਾਨੂੰ ਸਾਰਾ ਦੱਸਾਂਗੇ ਡਿਟੇਲ ਟੋਲ ਟਾਇਰ ਬਾਕੀ ਵਲੋਗ ਨਾਲ ਬਣੇ ਰਹੋ ਤੁਸੀਂ ਵਲੋਗ ਬਹੁਤ ਜ਼ਿਆਦਾ ਵਧੀਆ ਹੋਣ ਵਾਲਾ ਅੱਜ ਠੀਕ ਹੈ ਜੀ ਲਓ ਮਿੱਤਰੋ ਜੀਵ ਦੇਖੋ ਤੁਸੀਂ ਮੋਟੇ ਟਾਇਰਾਂ ਵਾਲੀ ਜੀਵ ਜੀ ਤੇ ਬਿਲਕੁਲ ਓਕੇ ਰਿਪੋਰਟ ਜੀਵ ਆ ਵੀਰ ਦੀ ਜੀਵ ਤੇ ਚੈੱਕ ਕਰੋ ਦੀ ਟਾਇਰ ਚੈੱਕ ਕਰੋ ਬਸ ਨਹੀਂ ਬਾਕੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੱਸਦੇ ਹਾਂ ਜੀਵ ਦੀ ਇਨਫੋਰਮੇਸ਼ਨ ਅਤੇ ਪਿਛਲੇ ਜੀਵ ਵਾਲੇ ਵਲੋਗ ਨੂੰ ਬਿੱਲੀ ਦੇ ਵਲੋਗ ਨੂੰ ਬੜਾ ਪਿਆਰ ਤਾਂ ਆ ਜੀਵ ਦੇ ਵਲੋਗ ਨੂੰ ਜ਼ਰੂਰ ਪਿਆਰ ਦਿਓ ਜੀਵ ਦੇ ਵਲੋਗ ਨੂੰ ਛਰਲਾ ਮਾਰ ਕੇ ਅੰਦਰ ਨਹੀਂ ਕਰਦੇ ਇਸ ਗੱਲੋਂ ਸਿਆਣਾ ਚੀਜ਼ ਵੇਖਦੀ ਇਹਨੂੰ ਕੋਈ ਪਤਾ ਮੈਨੂੰ ਜੀਪ ਦੀ ਬੜੀ ਡਿਮਾਂਡ ਹੈਗੀ ਜੀਪ ਦੀ ਤੇ ਜੀਪ ਕਿੰਨੇ ਕੀ ਬਣੀ ਆਪਣੀ ਇਹ ਵਿੱਚ 5.5 ਲੱਖ ਰੁਪਇਆ ਲੱਗ ਗਿਆ 5.5 ਲੱਖ ਰੁਪਇਆ ਜੋੜੀ ਮਿਲਦੀ ਏਦਾਂ 1,20,000 ਦੇ ਟਾਇਰ ਲਿੱਤੇ 4 ਬਾਕੀ ਰਿੰਗ ਬਣਵਾਏ ਜਾਣ ਸਾਰੇ 8 ਸਾਰਾ ਕੰਮ ਕਰਦਾ
ਸਾਰਾ ਕੁਝ ਕਹਿੰਦੇ ਆ, ਸਾਰਾ ਇੱਕ ਵਾਰੀ ਆਪਾਂ ਰੀਝ ਲਾਈ ਗੱਡੀ ਦੇ, ਸਾਰਾ ਹੀ ਆਪਾਂ ਆਰਡਰ ਤੇ ਕਰਾਈ ਗੱਡੀ 3.5 ਮਹੀਨਿਆਂ ਚ ਉਹਨਾਂ ਨੇ ਆਹ ਚੀਜ਼ ਦਿੱਤੀ ਹੈ। ਅੱਛਾ ਜੀ, ਹਾਂਜੀ, ਬਾਕੀ ਸਟੀਅਰਿੰਗ ਦੀ ਵੇਖ ਸਕਦੇ ਅੱਗੇ ਲਾਇਆ, ਸਟੀਅਰਿੰਗ ਤੇ ਬਾਅਦ ਚ ਹੀ ਜਾਣਾ ਪੋਆ ਜਾਣਾ, ਸਟੀਅਰਿੰਗ ਇਹ ਸਾਰਾ ਜਗਾੜ ਅਸੀਂ ਆਪ ਸੋਚ ਵਗੈਰਾ ਸਾਰਾ ਕੁਝ ਕਰਾਇਆ। ਅੱਛਾ, ਹਾਂਜੀ, ਬਾਕੀ ਜਿਹੜੇ ਸੋਚ ਲੱਗੇ ਨਾ, ਹਾਂਜੀ ਜੀ, ਬਲੂ ਵਾਲਾ ਵਾ ਉਹ ਬੇਸ ਆ। ਅੱਛਾ, ਔਰੇਂਜ ਆ ਅਗਲੀਆਂ ਲੱਟਾਂ ਜਿੱਥੇ ਲੜੀਆਂ। ਅੱਛਾ, ਇਹ ਰੈੱਡ ਆ, ਇਹ ਆਪਣਾ ਸਟੀਰੀਓ ਹੋ ਗਿਆ ਵਿਰਜੀ ਆਰਡ, ਜਿਹਦੇ ਨਾਲ ਆਪਣਾ ਮਿਊਜ਼ਿਕ ਸਿਸਟਮ ਚੱਲਣਾ ਆ। ਠੀਕ ਆ, ਇਹ ਆਪਣਾ ਗ੍ਰੀਨ ਹੋ ਗਿਆ। ਅੱਛਾ, ਉਹ ਆਪਾਂ ਥੋੜਾ ਜਿਹਾ ਕੰਮ ਕਰਾਇਆ ਹੈ ਗੱਡੀ ਦਾ, ਤੇ ਇਹ ਆਪਣਾ ਸਾਰਾ ਹੀ ਹੋਲਡਰ ਜਿਹੜਾ ਬੈਟਰੀ ਦਾ। ਬੈਟਰੀ ਦਾ, ਹਾਂਜੀ ਹਾਂਜੀ, ਠੀਕ ਆ। ਇਹਦੇ ਵਿੱਚ ਜਾ ਕੇ ਲੈ ਕੇ ਆ ਸਕਦੇ, ਜਿੱਦਾਂ ਪੰਪ ਤੇ ਅਸੀਂ ਨਹੀਂ ਜਾਣਾ, ਇਹਨੂੰ ਖੋਲ ਕੇ ਲੈ ਜਾਓ। ਹਾਂਜੀ, ਆਹ ਵੇਖੋ ਵਿਜੀ, ਏਦਾਂ ਨਿਕਲ ਜਾਂਦਾ ਸਾਰਾ, ਏਦਾਂ ਟਾਇਰ ਦਾ ਵੀ ਹੋ ਗਿਆ, ਰਿਮ ਦਾ ਵੀ ਹੋ ਗਿਆ ਜੀ, ਤੇ ਹੁਣ ਦੱਸੋ ਯਾਰ ਇਹਦੀ ਗੱਡੀ ਦੀ ਪਾਸਿੰਗ ਕਿੰਨੇ ਚਿਰ ਤੱਕ ਆ? ਇਹ ਵਿਜੀ ਦੀ ਹੈਗੀ ਜੀ 34 ਤੱਕ ਪਾਸਿੰਗ, 2034 ਤੱਕ। 2034 ਤੱਕ, ਹਾਂਜੀ ਹਾਂਜੀ। ਵੀ ਤੁਸੀਂ ਟਾਇਰਾਂ ਬਾਰੇ ਇਨਫੋਰਮੇਸ਼ਨ ਸੁਣ ਲਈ ਆ, ਅੱਗੇ ਤੁਹਾਨੂੰ ਦੱਸ ਦਿਆਂਗੇ ਹੁਣ ਟਾਇਰ ਤੇ ਰਿਮ ਜਿਹੜੇ ਚੜੇ ਆ ਕਿੱਦਾਂ, ਰਿਮ ਦੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਆ ਬਈ, ਟਾਇਰ ਤੇ ਰਿਮ ਕਿਹੜੇ ਚੜੇ ਹੋਏ ਜੀ? ਵੇਲੋ ਯਾਰ ਕਿੰਨੀ ਰੀਝ ਲਾਈ ਜੀਪ ਦੇ, ਵੈਸੇ 40,000 ਰਿਮ ਤੇ ਲੱਗਾ ਸੀ ਸਾਰਾ। ਤੇ ਟਾਇਰ ਮਲਾ ਵੀ ਨਹੀਂ, ਟਾਇਰ ਤੇ ਟਾਇਰ ਦਾ ਵੱਖਰਾ ਆ, ਟਾਇਰ ਦੀ ਤੇ ਜੋੜੀ 60,000 ਦੀ ਆ, 1,20,000 ਦੇ ਜਾਨ ਚਾਰ ਟਾਇਰ ਆ। ਆ ਵੇਖ ਸਕਦੇ ਤੁਸੀਂ, ਵੇਖੋ ਤੇ ਜਾਨ ਆਪਣੀ ਆਈਡੀ ਲਿਖੀ ਆ, ਕੇ ਵੀਰ ਨੇ ਇੰਸਟਾ ਤੇ ਕਰਨਾ ਹੋਊਗਾ ਫੋਲੋ ਕਰ ਲਿਓ, ਆਹ
ਜਾਣ ਓਕੇ ਰਿਪੋਰਟ ਹੀ ਬਹੁਤ ਵਧੀਆ ਓਕੇ ਲੱਗੇ ਬਹੁਤ ਵਧੀਆ ਲੱਗੇ ਯਾਰ ਤੁਸੀਂ ਬਾਕੀ ਸਾਰੀ ਜੀਪ ਦੀ ਇਨਫੋਰਮੇਸ਼ਨ ਤੁਹਾਨੂੰ ਦੇ ਦਿੱਤੀ ਆ ਬਾਕੀ ਹੁਣ ਆਪਾਂ ਪੁੱਛਦੇ ਸਪੀਕਰ ਹਾਂ ਬਾਈ ਸਪੀਕਰ ਕਿਹੜੀ ਕੰਪਨੀ ਲੱਗੇ ਆਪਣੀ ਜੀਪ 'ਚ ਜੀ ਸਾਰਾ ਕੰਮ ਪੋਇਨਰ ਦਾ ਆ ਜੀ ਸਾਰਾ ਕੰਮ ਪੋਇਨਰ ਦਾ ਸਪੀਕਰ ਤੋਂ ਲੈ ਕੇ ਬੇਸਾਂ ਤੱਕ ਅੱਛਾ ਜੀ ਸਾਰਾ ਕੰਮ ਹੀ ਮੈਂ ਕਰਨਾ ਜੀ ਬਾਕੀ ਯਾਰ ਕਿੰਨਾ ਕੁ ਰੇਟ ਆ ਗਿਆ ਸਪੀਕਰ ਦਾ ਵੈਸੇ ਜੇ ਲਵਾਈ 'ਚ ਇਹ ਜਾਣ 60-62 ਹਜ਼ਾਰ ਰੁਪਈਆ ਲੱਗ ਗਿਆ ਜੀ ਪੇਟੀ ਪੁੱਟੀ ਪਾ ਕੇ ਸਾਰਾ 60-62 ਹਜ਼ਾਰ ਰੁਪਈਆ ਸਿਰਫ ਸਪੀਕਰਾਂ ਦੇ ਲੱਗ ਗਿਆ ਜੀ ਬੇਸ ਸਾਰਾ ਕਰੀ ਸਪੀਕਰ ਤੇ ਬੇਸ ਆਤੀ ਬਾਕੀ ਆਵਾਜ਼ ਸੋਹਣੀ ਲਈ ਹੋਣੀ ਸਪੀਕਰ ਦੇ ਵਿੱਚ ਜੋ ਗੱਡੀ ਵੀ ਚਲਾ ਕੇ ਆਵਾਜ਼ ਕੀਤੀ ਨਹੀਂ ਜਾਣ ਹਜੇ ਆਵਾਜ਼ ਕੀਤੀ ਨਹੀਂ ਆ ਬਾਈ ਕੋਈ ਨਹੀਂ ਅੱਗੇ ਜਦੋਂ ਗੇੜੀ ਅੱਗੇ ਜਦੋਂ ਗੇੜੀ ਲਾਉਣ ਜਾਣਾ ਤੇ ਤੁਹਾਨੂੰ ਸਪੀਕਰ ਦੀ ਆਵਾਜ਼ ਸੁਣਾਉਂਦੇ ਫਿਰ ਜੇ ਤੁਸੀਂ ਇਹ ਚੀਜ਼ ਨੂੰ ਜਾਣ ਪਿਆਰ ਦੋਗੇ ਨਾ ਅਰਕੀ ਅਗਲੀ ਵਾਰੀ ਲੰਡੀ ਕਰਕੇ ਓਏ ਹੋਏ ਆਵਾਂਗੇ ਲੰਡੀ ਨਾਲ ਤੁਹਾਨੂੰ ਰਿਐਕਸ਼ਨ ਚੈੱਕ ਕਰਾਵਾਂਗੇ ਇਹਦਾ ਮਤਲਬ ਕਿ ਸੈਕੰਡ ਪਾਰਟ ਕੱਢੀ ਫਿਰ ਆਪਾਂ ਸੈਕੰਡ ਪਾਰਟ ਕੱਢ ਦਾਂਗੇ ਜਾਣ ਕੋਈ ਚੱਕਰ ਨਹੀਂ ਇਹ ਸੈਕੰਡ ਪਾਰਟ ਵੀ ਕੱਢ ਦਾਂ ਸੁੱਖ ਜੀਪ ਬੰਦ ਕਰੀ ਵੀਰ ਜੀ ਬੰਦ ਕਰਿਓ ਮਾੜੀ ਜਿਹੀ ਲਾਈਨ ਛੱਡ ਦੋ ਨਾਲੇ later ਜੀਪ ਵਾਲਾ ਵਲੌਗ ਵਧੀਆ ਲੱਗਾ ਹੋਏ ਲਾਈਕ ਕਮੈਂਟ ਸ਼ੇਅਰ ਕਰ ਦਿਓ ਇਹ ਹੈਗੀ ਆ ਰੀਅਲ ਲੰਡੀ ਜੀਪ ਇਹ ਓਰੀਜਨਲ ਲੰਡੀ ਜੀਪ ਹੁੰਦੀ ਹੈ ਠੀਕ ਹੈ ਜੀ ਤੇ ਬਾਕੀ ਅਗਲਾ ਵਲੌਗ ਤੁਹਾਨੂੰ ਮਿਲਦੇ ਆ ਪਾਰਟ 2 ਵੇਖਦੇ ਆ ਤੁਹਾਡੇ ਵਸ ਲੈ ਕੇ ਆਉਂਦੇ ਆ ਆਹ ਵਾਲਾ ਵਲੌਗ ਇੱਥੇ ਕਰਦੇ ਖਤਮ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਰੱਬ ਬਣ ਬੈਠੇ ਤੋਰਨੇ ਆ ਜੱਗ ਤੋਂ ਲੈਣੇ ਬਦਲੇ ਕਿਆਂ ਤੋਂ ਗਿਣ ਗਿਣ ਲਿਖੇ ਨੇ ਆਓ ਜੱਟ ਦੀ ਜਵਾਨੀ